ਬਾਬਾ ਜੀ ਦੀ ਪਿਆਰੀ ਸਤਕਾਰਯੋਗ ਸੰਗਤ ਜੀ ਰਾਧਾ ਸਵਾਮੀ ਜਿਸ ਤਰ੍ਹਾਂ ਅਸੀਂ ਆਪਣਾ ਬੈਂਕ ਬੈਲੈਂਸ ਚੈੱਕ ਕਰਦੇ ਹਾਂ ਮਹੀਨੇ ਬਾਅਦ 15 ਦਿਨ ਬਾਅਦ ਤੇ ਜਦੋਂ ਸਾਡੇ ਬੈਂਕ ਵਿੱਚ ਅਮਾਉਂਟ ਥੋੜੀ ਘਟ ਜਾਂਦੀ ਹੈ ਜਾਂ ਪ੍ਰੋਫਿਟ ਥੋੜਾ ਘਟ ਜਾਂਦਾ ਹੈ ਕਮਾਈ ਥੋੜੀ ਘਟ ਜਾਂਦੀ ਹੈ ਤੇ ਅਸੀਂ ਜ਼ਿਆਦਾ ਮਿਹਨਤ ਕਰਦੇ ਹਾਂ ਔਰ ਸਾਨੂੰ ਦੁੱਖ ਵੀ ਲੱਗਦਾ ਹੈ ਉਹਨਾਂ ਦੇ ਅਕੋਰਡਿੰਗਲੀ ਅਸੀਂ ਸਿਰਫ ਜਿਆਦਾ ਮਿਹਨਤ ਕਰਦੇ ਹਾਂ ਤਾਂਕਿ ਅਸੀਂ ਆਪਣਾ ਜੋ ਬੈਂਕ ਅਕਾਊਂਟ ਹੈ ਉਹਨੂੰ ਮੇਨਟੇਨ ਕਰ ਸਕੀਏ ਅਤੇ ਜੋ ਦੁਨਿਆਵੀ ਦੌਲਤ ਹੈ ਉਹਦੀ ਕਮੀ ਨਾ ਹੋਵੇ ਇਸੇ ਤਰ੍ਹਾਂ ਅਸੀਂ ਆਪਣੀ ਚੈਕਿੰਗ ਕਰੀਏ ਹਫਤੇ ਬਾਅਦ 15 ਦਿਨ ਬਾਅਦ ਕਿ ਅਸੀਂ ਜਿਹੜਾ ਸਾਡਾ ਸਪਿਰਚੁਅਲ ਬੈਂਕ ਹੈ ਉਹਦੇ ਵਿੱਚ ਨਾਮ ਦੀ ਕਮਾਈ ਕਿੰਨੀ ਹੈ ਔਰ ਜੇਕਰ ਸਾਨੂੰ ਲੱਗੇ ਕਿ naam ਦੀ ਕਮਾਈ ਥੋੜੀ ਘਟ ਗਈ ਹੈ ਭਜਨ ਸਿਮਰਨ ਘਟ ਹੈ ਮਿਸਿੰਗ ਹੈ ਤੇ ਸਾਨੂੰ ਦੁੱਖ ਹੋਣਾ ਚਾਹੀਦਾ ਹੈ ਔਰ ਫਿਰ ਜਿਆਦਾ ਮਿਹਨਤ ਕਰਨੀ ਚਾਹੀਦੀ ਹੈ ਜਿਆਦਾ ਭਜਨ ਸਿਮਰਨ ਕਰਨਾ ਤਾਂ ਕਿ ਬਾਬਾ ਜੀ ਦੇ ਹੁਕਮ ਨੂੰ ਪੂਰਾ ਕਰਨਾ ਹੈ ਇਸ ਕਰਕੇ ਜਿਸ ਤਰ੍ਹਾਂ ਅਸੀਂ ਆਪਣੀ ਦੁਨੀਆਵੀ ਬੈਂਕ ਨੂੰ ਮੇਨਟੇਨ ਕਰਦੇ ਹਾਂ ਇਸੇ ਤਰ੍ਹਾਂ ਆਪਣੇ ਸਪਿਰਚੁਅਲ ਬੈਂਕ ਨੂੰ ਵੀ ਮੇਨਟੇਨ ਕਰਨਾ ਹੈ ਬਾਬਾ ਜੀ ਦੀ ਪਿਆਰੀ ਸਤਕਾਰਯੋਗ ਸੰਗਤ ਜੀ ਰਾਜਾ ਸਨੂ